ਇੱਕ ਕੌਮ ਦਾ ਪਤਾ ਲਵੋ ਜੋ ਆਮ ਸਬਜ਼ੀ ਦੀ ਦੁਕਾਨ 'ਤੇ ਮਿਲ ਜਾਂਦਾ ਹੈ। ਇਸ ਦੀ ਥਾਂ 'ਤੇ ਕਮਲ ਦਾ ਪੱਤਾ ਵੀ ਲਿਆ ਜਾ ਸਕਦਾ ਹੈ। ਕਮਲ ਦੇ ਪੱਤੇ ਉੱਤੇ ਡ੍ਰੌਪਰ ਦੇ ਨਾਲ ਪਾਣੀ ਦੀਆਂ ਕੁਝ ਬੂੰਦਾਂ ਪਾਓ। ਤੁਸੀਂ ਵੇਖੋਗੇ ਪਾਣੀ ਦੀਆਂ ਬੂੰਦਾਂ ਪੱਤੇ ਦੇ ਉੱਤੇ ਚਿਪਕਣ ਦੀ ਥਾਂ ਤੈਰਨ ਲੱਗੇਗੀ। ਤੁਸੀਂ ਪਾਣੀ ਦੀ ਬੂੰਦ ਨੂੰ ਪੱਤੇ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਚਲਾ ਸਕਦੇ ਹੋ। ਹੁਣ ਪਾਣੀ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਵੱਲ ਜਾਣ ਵਾਲਾ ਪਾਰਦਰਸ਼ੀ ਮੋਤੀ ਬਣ ਜਾਂਦਾ ਹੈ। ਮੋਤੀ ਦੀ ਇਹ ਗਤੀ ਪੱਤੇ ਦੇ ਉੱਪਰਲੀ ਜਲ ਵਿਰੋਧੀ ਸਤਹਿ ਦੇ ਕਾਰਨ ਹੁੰਦੀ ਹੈ। ਇਹ ਪੱਤੇ ਦੀ ਸਤਹਿ 'ਤੇ ਆਸਾਨੀ ਨਾਲ ਘੁੰਮਦੀ ਰਹਿੰਦੀ ਹੈ ਅਤੇ ਇਹ ਔਸ ਵਾਂਗ ਦਿਖਾਈ ਦਿੰਦੀ ਹੈ।